ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਕੀ ਹਾਲ ਚਾਲ ਨੇ ਠੀਕ ਠਾਕ ਮੈਨੂੰ ਪੂਰੀ ਉਮੀਦ ਹੈ ਕਿ ਅੱਲਾ ਦੇ ਫਜ਼ਲ ਵਕਰ ਨਾਲ ਹੋਵੋਗੇ ਤੇ ਅੱਜ ਦਾ ਆਪਾਂ ਵਲੌਗ ਸ਼ੁਰੂ ਕਰਨੇ ਆ ਸਵੇਰ ਦੀ ਸੈਰ ਤੇ ਤੇ ਮੈਂ ਸਵੇਰ ਉੱਠਿਆ ਵਾਂ ਮੂੰਹ ਹੱਥ ਧੋਤਾ ਮੂੰਹ ਹੱਥ ਧੋਣ ਤੋਂ ਬਾਅਦ ਬੂਟ ਜਰਾਬਾ ਪਾਏ ਨੇ ਜਰਾਬਾ ਪਾਉਣ ਤੋਂ ਬਾਅਦ ਮੈਂ ਬਾਹਰ ਨਿਕਲਿਆ ਮੈਂ ਦੌੜ ਲਈਏ ਤਕਰੀਬਨ ਕੋਈ 1 ਕਿਲੋਮੀਟਰ ਦੋਰ ਤੋਂ ਬਾਅਦ ਆ ਕੇ ਮੈਂ ਐਕਸਰਸਾਈਜ਼ ਕੀਤੀ ਹੈ 5 ਤੋਂ ਜ਼ਿਆਦਾ ਜ਼ਿਆਦਾ 5 ਤੋਂ 6 ਮਿੰਟ ਐਕਸਰਸਾਈਜ਼ ਕੀਤੀ ਹੈ ਕਰਨ ਤੋਂ ਬਾਅਦ ਮੈਂ ਇੱਥੇ ਪਹੁੰਚ ਗਿਆ ਵਾਂ ਨਲਕੇ ਤੇ ਕਿਉਂਕਿ ਸਵੇਰ ਸਵੇਰ ਜਿੰਨਾ ਪਾਣੀ ਪੀਵੋਗੇ ਤੁਹਾਡੀ ਸਿਹਤ ਵਾਸਤੇ ਵੀ ਅੱਛਾ ਹੈ ਤੇ ਹਰ ਕੰਮ ਵਾਸਤੇ ਤਕਰੀਬਨ ਦਿਹਾੜੀ ਦੇ ਕੋ 8 ਤੋਂ 9 ਗਲਾਸ ਪੀਣੇ ਚਾਹੀਦੇ ਨੇ ਸਵੇਰ ਸਵੇਰ ਅਗਰ 2-3 ਤੁਸੀਂ ਗਲਾਸ ਪੀ ਲੈਂਦੇ ਜੇ ਤੇ ਸਾਰੀ ਦਿਹਾੜੀ ਤੁਹਾਡੀ ਮਤਲਬਨ ਬੜੀ ਹੀ ਮਤਲਬ ਤੁਹਾਨੂੰ ਸੁਸਤੀ ਨਹੀਂ ਚੜੇਗੀ ਤੇ ਤੁਸੀਂ ਸਾਰੀ ਦਿਹਾੜੀ ਐਕਟਿਵ ਰਹੋਗੇ ਮਤਲਬ ਜੋ ਮਰਜ਼ੀ ਕੰਮ ਕਰੋਗੇ ਤੁਹਾਨੂੰ ਟੈਨਸ਼ਨ ਕੋਈ ਨਹੀਂ ਹੋਏਗੀ ਨਾ ਥਕਾਵਟ ਹੋਏਗੀ ਇਹ ਚੈੱਕ ਕਰੋ ਮੈਂ ਨਲਕਾ ਗਿੜਨ ਲਗਾ ਤਾਂ ਮੈਂ ਪਾਣੀ ਪੀਣ ਲਗਾ ਇੱਕ ਗਲਾਸ ਪਾਣੀ ਦਾ ਪੀ ਲਿਆ। ਸਵੇਰ ਸਵੇਰ ਨਾਲ ਜਿੰਨਾ ਵੀ ਪਾਣੀ ਪੀਣਾ ਚਾਹੀਦਾ ਉਹਨਾ ਹੀ ਥੋੜਾ। ਤੇ ਮੈਂ ਸਵੇਰ ਨਾਲ 6:00 ਵੀ ਉੱਠਣਾ। ਸਵੇਰ 6:00 ਵੀ ਉੱਠ ਕੇ ਤੇ ਬਾਹਰ ਨਿਕਲੇ ਬਾਗਸ਼ਾ ਕੀਤੀ ਮਤਲਬ ਸਾਰੀ ਦਿਹਾੜੀ ਠੀਕ ਠਾਕ ਰਹਿ ਫਿੱਟ ਫਾਟ ਰਹਿ ਤੇ ਦੋਸਤਾਂ ਗੇ ਇੱਕੀ ਰਿਕਵੈਸਟ ਹੈਗੀ ਸੀ ਯਾਰ ਮੇਰੀ ਵੀਡੀਓ ਨੂੰ ਜਿੰਨਾ ਵੀ ਲਾਈਕ ਤੇ ਸ਼ੇਅਰ ਕੀਤਾ ਜਾਏ ਨਾਲੇ ਇੰਨੇ ਦੇ ਨਾਲ ਵੀਰ ਦਾ ਹੌਸਲਾ ਵੀ ਵੱਧਾ ਹੈ ਤੁਹਾਡਾ ਆਪਣਾ ਵੀਰ ਜਹੰਗੀਰ ਪੱਟੀ ਤੇ ਹੌਸਲਾ ਵੀ ਵੱਧਾ ਹੈ ਤੇ ਹੌਸਲਾ ਫਜ਼ਾਈ ਵੀ ਵੀਰ ਦੀ ਕਰਿਆ ਕਰੋ ਤੁਹਾਡੇ ਸਬਸਕ੍ਰਾਈਬ ਕਰਨਾ ਮੇਰਾ ਹੌਸਲਾ ਵਧ ਜਾਂਦਾ ਹੈ ਕਿ ਤੱਕ ਆਣ ਵਾਲੀ ਵੀਡੀਓ ਚੰਗੀ ਤੋਂ ਚੰਗੀ ਮੈਂ ਸੈਂਡ ਕਰ ਸਕਾਂ ਚੰਗੀ ਤੋਂ ਚੰਗੀ ਵੀਡੀਓ ਬਣਾ ਸਕਾਂ ਜਿਵੇਂ ਬੰਦੇ ਨੂੰ ਹੌਸਲਾ ਮਿਲਦਾ ਉਵੇਂ ਹੀ ਬੰਦਾ ਅੱਛਾ ਕੰਮ ਕਰਦਾ ਹੈ ਕੋਸ਼ਿਸ਼ ਤੇ ਹਰ ਬੰਦੇ ਦੀ ਇਹੋ ਹੀ ਹੁੰਦੀ ਕਿ ਯਾਰ ਮੈਂ ਚੰਗਾ ਕੰਮ ਕਰਾਂ ਦੁਨੀਆ ਮੈਨੂੰ ਆਕੇ ਯਾਰ ਉਹ ਚੰਗਾ ਕੰਮ ਕਰਦਾ ਠੀਕ ਹੈ ਤੇ ਮੇਰੀ ਵੀ ਇਹੀ ਕੋਸ਼ਿਸ਼ ਹੈ ਕਿ ਯਾਰ ਮੈਂ ਤੁਹਾਡੇ ਵਾਸਤੇ ਚੰਗੀ ਤੋਂ ਚੰਗੀ ਵੀਡੀਓ ਬਣਾਵਾ ਕੁ ਦੁਨੀਆ ਤੱਕ ਮੈਸੇਜ ਦਿਆਂ ਤੇ ਤੁਸੀਂ ਬਸ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਜਿੰਨਾ ਵੀ ਹੋ ਸਕੇ ਤੇ ਇਹ ਮੇਰਾ ਖੇਤਰ ਹੈ ਖੇਤਰ ਅਵੇਖ ਸਕਦੇ ਜੀ ਸਵੇਰ ਸਵੇਰ ਦਾ ਟਾਈਮ ਹੈ ਸਵੇਰ ਇਸ ਟਾਈਮ 6:30 6 ਦਾ ਟਾਈਮ ਹੈਗਾ ਇਹ ਵੇਖ ਸਕਦੇ ਜੀ ਕਿੰਨਾ ਪਿਆਰਾ ਮਾਹੌਲ ਹੈ ਪਿੱਛੇ ਟ੍ਰੇਲ ਹੈ ਤੇ ਇਹ ਰਸਤੇ ਮੈਂ ਆਇਆ ਇੱਕ ਤਾਜ਼ਾ ਹਵਾ ਮਿਲਦੀ ਆਕਸੀਜਨ ਮਿਲਦੀ ਹੈ ਮੈਂ ਵੈਸੇ ਉਰਦੂ ਤੇ ਖੈਰ ਇੰਨੀ ਨਹੀਂ ਬੋਲ ਸਕਦਾ ਪੰਜਾਬੀ ਦੇ ਵਿੱਚ ਇਸੇ ਦੱਸਣਾ ਕਿ ਅਕਸਰ ਭਰਾ ਸਾਡੇ ਜਿਹੜਾ ਪੰਜਾਬੀ ਜ਼ਿਆਦਾ ਸਮਝ ਜਾਂਦੀ ਇਹ ਵੇਖੋ ਟ੍ਰੇਲ ਦੇ ਵਿੱਚ ਫਿਰਨਾ ਚਾਹੀਦਾ ਹੈ ਸਵੇਰ ਸਵੇਰ ਹੈ ਵੇਖ ਸਕਦੇ ਐ ਸੈਡ ਮੇਰੇ ਬਰਸੀਨ ਹੈਗੀ ਇਹਨੂੰ ਉਰਦੂ ਤੇ ਸਟਾਲਾ ਕਹਿੰਦੇ ਨੇ ਤੇ ਐ ਸਰਿਓਂ ਦਾ ਹੈਗਾ ਮਾਹੌਲ ਪਿੱਛੇ ਵੇਖ ਸਕਦੇ ਜੀ ਵੇਖ ਸਕਦੇ ਜੀ ਤੇ ਬੜਾ ਹੀ ਅੱਛਾ ਯਾਰ ਸਵੇਰ ਖਾਸ ਕਰਕੇ ਆਪਦੀ ਜ਼ਿੰਦਗੀ ਜ਼ਿੰਦਗੀ ਤੁਸੀਂ ਹਰ 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 ਕੰਮ ਤੁਸੀਂ ਕਰਦੇ ਜੀ ਸਿਰਫ ਆਪਦੀ ਜ਼ਿੰਦਗੀ ਵਾਸਤੇ ਥੋੜਾ ਜਿਹਾ ਟਾਈਮ ਕੱਢਿਆ ਕਰੋ ਜਵੀਆਂ ਘੰਟਿਆਂ ਦੇ ਵਿੱਚੋਂ ਸਿਰਫ ਇੱਕ ਘੰਟਾ ਨਾ ਸਵੇਰ ਵਾਕ ਵਾਸੇ ਵਾਕ ਕਰਕੇ ਜੋ ਮਰਜੀ ਕੰਮ ਕਰਿਆ ਕਰੋ ਇੱਕ ਮੇਰਾ ਪੈਗਾਮ ਹੈ ਤੁਹਾਡੇ ਭਰਾਵਾਂ ਤੱਕ ਠੀਕ ਹੈ ਤੇ ਇਹ ਲਾਜ਼ਮੀ ਕਰਿਆ ਕਰੋ ਇਹ ਜਿੰਨੀ ਵੀ ਇਹ ਜਿੰਨੀਆਂ ਵੀ ਇਹ ਮੈਂ ਗੱਲਾਂ ਕੀਤੀਆਂ ਨੇ ਇਹ ਭਰਾਓ ਇਹ ਮੇਰੇ ਚੈਨਲ ਨੂੰ ਜਿੰਨਾ ਵੀ ਸ਼ੇਅਰ ਕਰ ਸਕਦੇ ਜੇ ਉਹਨਾਂ ਹੀ ਕਰੋ ਜਿੰਨਾ ਹੀ ਲਾਈਕ ਕਰ ਸਕਦੇ ਜੇ ਸਬਸਕ੍ਰਾਈਬ ਕਰ ਸਕਦੇ ਜੇ ਮਸਲਨ ਹਰ ਕੰਮ